ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਾਜੀਪੁਰ ਵਿਖੇ 300 ਦੇ ਕਰੀਬ ਕਣਕ ਦੀਆਂ ਖਰਾਬ ਬੋਰੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸਥਾਨਕ ਲੋਕਾਂ 'ਚ ਪ੍ਰਸ਼ਾਸਨ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਆਗੂ ਸੁਲੱਖਣ ਸਿੰਘ ਜੱਗੀ ਵੀ ਮੌਕੇ 'ਤੇ ਪਹੁੰਚ ਗਏ। ਜਾਣਕਾਰੀ ਦਿੰਦਿਆਂ ਸੁਲੱਖਣ ਸਿੰਘ ਜੱਗੀ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਫੈਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਇਸ ਮੁਸ਼ਕਿਲ ਦੌਰ ਵਿੱਚ ਵੀ ਲੋਕਾਂ ਦੇ ਘਰਾਂ 'ਚ ਜਾ ਕੇ ਖਰਾਬ ਕਣਕ ਹੀ ਵੰਡੀ ਗਈ ਹੈ, ਜਿਸ ਦੀ ਵਿਜੀਲੈਂਸ ਕੋਲੋਂ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਅਜਿਹੇ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰ ਦੇਣਾ ਚਾਹੀਦਾ ਹੈ। ਇਸ ਸੰਬੰਧੀ ਜਦੋਂ SDM ਮੁਕੇਰੀਆਂ ਅਸ਼ੋਕ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਇਸ ਮਾਮਲੇ 'ਚ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁਕੇਰੀਆਂ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਦਿਲਬਾਗ ਗਰੋਇਆ ਅਤੇ ਰਵਿੰਦਰ ਸਿੰਘ ਖਾਲਸਾ ਦੀ ਰਿਪੋਰਟ। ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ 'ਚ ਸੰਧੂਆਲ ਪਿੰਡ ਦਾ ਡੰਪ ਹੈਗਾ ਫੂਡ ਸਪਲਾਈ ਮਹਿਕਮੇ ਦਾ। ਇਸ ਡਿਪਾਰਟਮੈਂਟ ਦੇ ਜਿੰਨੇ ਵੀ ਅਧਿਕਾਰੀ ਹੈਗੇ ਆ ਬੜੇ ਚਿਰਾਂ ਤੋਂ 2-3 ਸਾਲ ਤੋਂ ਬਲਕਿ ਬੜੀ ਜਿਹੜੀ ਵੱਡੇ ਪੱਧਰ 'ਤੇ ਕਰਪਸ਼ਨ ਕਰ ਰਹੇ ਆ ਔਰ ਬੜੇ ਵੱਡੇ ਪੱਧਰ 'ਤੇ ਜਿਹੜੀ ਇੱਥੋਂ ਕਣਕ ਵੇਚੀ ਜਾ ਰਹੀ ਆ ਔਰ ਜਿਹੜੀ ਜਿਹੜੇ ਵੇਚ ਦਿੰਦੇ ਆ ਕਣਕ ਜਾਂ ਉਸ ਤੋਂ ਬਾਅਦ ਕੀ ਕਰਦੇ ਹੈਗੇ ਆ ਇਹ ਵਿੱਚ ਪਾਣੀ ਪਾ ਕੇ ਕਣਕ ਨੂੰ ਖਰਾਬ ਕਰਕੇ ਸ਼ੋਅ ਕਰ ਦਿੰਦੇ ਜੀ ਕਣਕ ਸੜ ਗਈ ਹੈਗੀ ਆ। ਲੋਕਾਂ ਨੂੰ ਅਨਾਜ ਦੀ ਇਸਲੇ ਜ਼ਰੂਰਤ ਹੈ ਕਰੋਨਾ ਵਾਇਰਸ ਕਰਕੇ। ਅਸੀਂ ਪਹਿਲਾਂ ਵੀ ਅੱਜ ਤੋਂ 20-25 ਦਿਨ ਪਹਿਲਾਂ ਵੀ ਪਿੰਡ ਭੰਡੇਰਾ ਵਿਖੇ ਮੈਂ ਜਿਹੜੀ ਇੱਥੇ ਕਣਕ ਵੰਡ ਕੇ ਆਏ ਸੀ ਇੱਥੋਂ ਦੇ ਅਧਿਕਾਰੀ ਉੱਥੇ ਮੈਂ ਜਾ ਕੇ ਉਦੋਂ ਲਾਈਵ ਹੋ ਕੇ ਵੀ ਦੱਸਿਆ ਸੀ ਔਰ ਅਖਬਾਰਾਂ 'ਚ ਵੀ ਖਬਰਾਂ ਹੋਈਆਂ, ਮਗਰ ਕਿਉਂਕਿ ਪ੍ਰਸ਼ਾਸਨ ਸਾਰਾ ਵਿਚਾਰਾ ਇਸਲੇ ਲੱਗਾ ਪਿਆ ਆਪਣੀ ਕਰੋਨਾ ਵਾਇਰਸ ਕਰਕੇ DSP SDM DC ਮੈਮ ਸਾਰੇ ਉੱਧਰ ਲੱਗੇ ਹੋਏ ਔਰ ਇਹ ਜਿਹੜੇ ਗੋਰਖ ਧੰਦਾ ਕਰਨ ਵਾਲੇ ਅਫਸਰ ਇਹਨਾਂ ਦੀ ਚਾਹੁੰਦੀ ਹੈ ਇਸ ਵੇਲੇ। ਇਹਨਾਂ ਨੇ ਕੀ ਕੀਤਾ ਸਾਰੇ ਖੁਰਦ ਬੁਰਦ ਲੋਕਾਂ ਨੂੰ ਕਈਆਂ ਨੂੰ ਰਾਸ਼ਨ ਦਿੱਤਾ ਹੀ ਨਹੀਂ ਹੈਗਾ ਔਰ ਖੁਰਦ ਬੁਰਦ ਕਰਨ ਲਈ ਜਿਹੜੇ ਪਤਾ ਲੱਗਾ ਲੋਕਾਂ ਨੂੰ ਇਹਨਾਂ ਨੇ ਜਿੰਨੀ ਵੀ ਸੀ ਕਣਕ ਸੀ ਆਹ ਕਣਕ ਲੋਕਾਂ ਦੇ ਘਰੀਂ ਦੇ ਕੇ ਆਏ ਹੈ, ਨਹੀਂ ਚੈੱਕ ਕਰ ਨਹੀਂ ਜਿਹੜਾ ਮਹਿਕਮਾ ਬੇਸ਼ੱਕ ਚੈੱਕ ਕਰ ਲਿਆ ਜਿੱਥੇ ਕਣਕ ਵਡੋਈ ਇਹਨਾਂ ਦਾ ਰਿਕਾਰਡ ਹੋਏਗਾ ਸਾਰੀ ਕਣਕ ਇੱਦਾਂ ਦੀ ਵੰਡੀ ਗਈ ਪਿੰਡਾਂ 'ਚ ਔਰ ਇਹਨਾਂ ਨੇ ਜਿਹੜੀ ਆਪਣੀ ਗਲਤੀ ਛਪਾਉਣ ਦੇ ਲਈ ਅੱਜ ਅਸੀਂ ਦੇਖਿਆ ਗਿਆ ਜਿੰਨੀ ਵੀ ਕਣਕ ਸੀਗੀ ਜਿਹੜੇ ਆਹ ਸਾਰੀ ਇੱਥੇ ਸੁੱਟ ਕੇ ਗਈ ਅੱਧੀ ਕਣਕ ਨੂੰ ਅੱਗ ਲਾਤੀ ਔਰ ਅੱਧੀ ਕੁ ਤੁਹਾਡੇ ਸਾਹਮਣੇ ਹੈਗੀ ਹੈ। ਮੇਰੇ ਹਿਸਾਬ ਨਾਲ ਘੱਟੋ ਘੱਟ 100 ਕੁਇੰਟਲ ਕਣਕ ਹੈਗੀ ਹੈ ਜਿਹੜੀ ਇਹਨਾਂ ਨੇ ਇੱਥੇ ਬਰਬਾਦ ਕਰਕੇ ਸੁੱਟਤੀ। ਅਗਰ ਇਹੀ 100 ਕੁਇੰਟਲ ਕਣਕ ਪਿੰਡਾਂ 'ਚ ਲੋਕਾਂ ਦੇ ਗਰੀਬ ਲੋਕਾਂ ਦੇ ਘਰੀਂ ਗਈ ਹੁੰਦੀ ਤਾਂ ਜਿਹੜੀ ਮਹਾਂਮਾਰੀ ਇਹਦੇ ਵਿੱਚ ਜਿਹੜੇ ਦਾਣੇ ਦਾਣੇ ਨੂੰ ਲੋਕ ਤਰਸ ਰਹੇ ਆ ਲੋਕਾਂ ਦੇ ਘਰਾਂ 'ਚ ਆਟਾ ਹੁੰਦਾ ਔਰ ਲੋਕ ਆਪਣੀ ਜ਼ਿੰਦਗੀ ਬਤੀਤ ਕਰਦੇ। ਅਸੀਂ ਲੋਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਔਰ ਪ੍ਰਸ਼ਾਸਨ ਦੇ ਅੱਗੇ ਵੀ ਸਾਡੀ ਕੈਪਟਨ ਦੇ ਅੱਗੇ ਸਾਡੀ ਬੇਨਤੀ ਹੈ ਕਿ ਜਿਹੜੇ ਇਹੋ ਜਿਹੇ ਅਧਿਕਾਰੀ ਜਿਨ੍ਹਾਂ ਦੀ ਪਿਛਲੇ ਲੰਮੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਔਰ ਸਾਰੇ ਇਲਾਕੇ ਜਿਨ੍ਹਾਂ ਨੇ ਗੰਦੀ ਇੱਦਾਂ ਦੀ ਕਣਕ ਵੰਡੀ ਹੈ ਲੋਕਾਂ ਦੇ ਘਰਾਂ 'ਚ ਜਾ ਕੇ ਇਹਨਾਂ ਦੀ ਵਿਜੀਲੈਂਸ ਕੋਲ ਜਾਂਚ ਕਰਾਈ ਜਾਵੇ ਅਤੇ ਜਿਹੜੇ ਅਫਸਰ ਹੈਗੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਾਨੂੰਨੀ ਕਾਰਵਾਈ ਕਰਨ ਤੋਂ ਪਹਿਲਾਂ ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਤਾਂ ਜੋ ਜਿਹਨੇ ਕਾਰਵਾਈ ਹੋਏਗੀ ਇਨਕੁਆਇਰੀ ਦੇ ਵਿੱਚ ਕੋਈ ਵਿਘਨ ਨਾ ਪਾ ਸਕਣ ਔਰ ਅਤੇ ਮੇਰਾ ਲੋਕਾਂ ਨੂੰ ਇਹ ਮੈਸੇਜ ਹੈਗਾ ਕਿ ਕਣਕ ਦੀ ਕਟਾਈ ਦਾ ਸੀਜ਼ਨ ਹੈ, ਕਣਕ ਖੇਤਾਂ 'ਚ ਪੱਕੀ ਪਈ ਹੈ, ਜਿੰਨੇ ਵੀ ਮਜ਼ਦੂਰ ਮੇਰੇ ਭਾਈ ਘਰਾਂ 'ਚ ਬੈਠੇ ਹੈਗੇ ਆ ਉਹ ਜਾ ਕੇ ਮੰਡੀਆਂ 'ਚ ਆੜਤ ਜਾਂ ਲੇਬਰ ਦਾ ਕੰਮ ਕਰਨ ਅਤੇ ਆਪਣੇ ਬੱਚਿਆਂ ਦੇ ਲਈ ਆਪਣੇ ਬੱਚਿਆਂ ਲਈ ਔਰ ਆਪਣੇ ਲਈ ਰਾਸ਼ਨ ਦੀ ਘੱਟੋ ਘੱਟ ਜਿਹੜਾ ਰਾਸ਼ਨ ਹੈ ਉਹਦਾ ਜਿਹੜਾ ਬੰਦੋਬਸਤ ਕਰ ਸਕਣ। ਮੇਰਾ ਨਾਮ ਸਤੀਸ਼ ਕੁਮਾਰ, ਮੈਨੂੰ ਕਿਸੇ ਦਾ ਫੋਨ ਆਇਆ ਸੀ ਕਹਿੰਦੇ ਵੀ ਤੁਹਾਡੀ ਲਾਗੇ ਕਣਕ ਹੈ ਉੱਥੇ ਲਾਗੇ ਕਿਸੇ ਨੇ ਅੱਗ ਲਾਈ ਹੋਈ ਹੈ ਅਤੇ ਮੈਂ ਦੇਖਿਆ ਵੀ ਕਿਤੇ ਅੱਗ ਕਿਤੇ ਕਣਕ ਨੂੰ ਨਾ ਪੈ ਜਾਵੇ। ਉਸ ਚੱਕਰ 'ਚ ਮੈਂ ਦੇਖਣ ਆਇਆ ਅਤੇ ਦੇਖਿਆ ਇੱਥੇ ਸਰਕਾਰੀ ਗੋਦਾਮ ਦਾ ਜਿਹੜਾ ਸਰਕਾਰੀ ਅਨਾਜ ਹੈ ਤੁਹਾਡੇ ਤੋਂ ਤੁਸੀਂ ਕਿੱਦਾਂ ਵੇਸਟ ਕਰ ਰਹੇ ਹੈ, ਟਾਈਮ 'ਤੇ ਕਿਸੇ ਨੂੰ ਖਾਣ ਨੂੰ ਨਹੀਂ ਦਿੱਤਾ ਜਾਂਦਾ, ਜਿਲ੍ਹੇ ਖਰਾਬ ਹੋ ਜਾਂਦਾ ਤਾਂ ਇੱਦਾਂ ਦੀ ਬੇਕਦਰੀ ਕੀਤੀ ਜਾਂਦੀ ਹੈ। ਇਹੀ ਅਗਰ ਕਿਸੇ ਗਰੀਬ ਦੇ ਮੂੰਹ 'ਚ ਪਿਆ ਹੁੰਦਾ ਤਾਂ ਕਿੰਨਿਆਂ ਦਾ ਉਹ ਹੱਲ ਹੋ ਸਕਦਾ ਹੈਗਾ।
ਦੇਖੋ ਤੁਸੀਂ ਕਿੱਦਾਂ ਸਾਰੀ ਕਣਕਾਂ ਦੇ ਢੇਰ ਲੱਗੇ ਪਏ ਆ, ਜਿਹਨੂੰ ਕਿ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਿੰਨੀ ਕੁ ਕੁਇੰਟਲ, ਇਹ ਕਿੰਨੀ ਕੁਇੰਟਲ ਕਣਕ ਹੋਏਗੀ ਜੀ? ਇਹ ਤਾਂ ਹੁਣ ਦੇਖੋ ਜੀ ਢੇਰ ਲਾਇਆ, ਅੰਦਾਜ਼ਾ ਲਾ ਸਕਦੇ ਲਗਭਗ 70-75 ਕੁਇੰਟਲ ਤੋਂ 100 ਕੁਇੰਟਲ ਦੇ ਵਿੱਚ ਕਣਕ ਲੱਗਦੀ ਹੈ ਜੀ। ਅਤੇ ਆ ਵਿੱਚ ਕੁਛ ਖਰੀ ਵੀ ਆ ਅਤੇ ਵਿੱਚ ਕੁਛ ਖਰਾਬ ਵੀ ਆ। ਢੇਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ, ਕੁਛ ਨੂੰ ਅੱਗ ਲੱਗ ਗਈ ਆ, ਕੁਛ ਨੂੰ ਅੱਗ ਨਹੀਂ ਲੱਗੀ, ਤਾਂ ਇੱਦਾਂ ਬੇਕਦਰੀ ਹੋ ਰਹੀ ਆ। ਇਹੀ ਦੇਖੋ ਲੋਕ ਦਾਣਿਆਂ ਪਿੱਛੇ ਕਈ ਚਿਰ ਦੇ ਮਗਰ ਪਏ ਆ, ਕਈਆਂ ਦੇ ਰਾਸ਼ਨ ਕਾਰਡ ਕਟੋ ਗਿਆ, ਵਿੱਚ ਕਈ ਕੁਛ ਹੋ ਗਿਆ, ਪਰ ਟਾਈਮ 'ਤੇ ਦੇਖੋ ਕਿੱਦਾਂ ਦੀ ਬੇਕਦਰੀ ਕੀਤੀ ਜਾ ਰਹੀ ਆ ਸਰਕਾਰੀ ਅਨਾਜ ਦੀ। ਠੀਕ ਆ, ਅਤੇ ਕੀ ਤੁਸੀਂ ਮੰਗ ਕਰਦੇ ਚਾਹੁੰਦੇ ਹੋ? ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ, ਜਿਹੜਾ ਇਹ ਖਰਾਬ ਹੋਇਆ ਇਹੀ ਅਗਰ ਟਾਈਮ 'ਤੇ ਸਾਂਭਿਆ ਜਾਂਦਾ ਤਾਂ ਕਿਸੇ ਗਰੀਬ ਦੇ ਮੂੰਹ 'ਚ ਪੈਂਦਾ, ਇਹ ਦੀ ਕੋਈ ਜ਼ਿੰਦਗੀ ਜਾ ਸੌਖੀ ਹੁੰਦੀ ਹੈ। ਦੇਖੋ ਹੁਣ ਕਿੱਦਾਂ ਲੋਕ ਕਰੋਨਾ ਵਾਇਰਸ ਕਰਕੇ ਤੜਪ ਰਹੇ ਨੇ, ਦਾਣੇ ਦੀ ਮੰਗ ਕਰ ਰਹੇ, ਕਿਤੇ ਅਨਾਜ ਨਹੀਂ ਪੁੱਜ ਰਿਹਾ, ਕਿਤੇ ਲੋਕ ਭੁੱਖਮਰੀ ਪੈ ਰਹੀ ਹੈ, ਇੱਦਾਂ ਹੀ ਇਹ ਜਗ੍ਹਾ ਟਾਈਮ ਦਾ ਸਾਂਭਿਆ ਜਾਂਦਾ ਤਾਂ ਇਹਦਾ ਬਹੁਤ ਵਧੀਆ ਹੱਲ ਹੋ ਸਕਦਾ ਸੀਗਾ। ਮੈਂ ਦੇਖ ਰਿਹਾ, ਤੁਸੀਂ ਧਿਆਨ 'ਚ ਲੈਂਦਾ ਮੇਰੇ, ਅਤੇ ਇਸ ਤੋਂ ਬਾਅਦ ਦੇਖਦੇ ਹਾਂ ਵੀ ਕਿਹੜਾ ਏਰੀਆ ਪੈਂਦਾ ਵਾ ਇੱਥੇ, ਕਿਸ ਤਰ੍ਹਾਂ ਆਈਏ, ਕਿਸ ਤਰ੍ਹਾਂ ਨਹੀਂ, ਇਹਦੀ ਪੂਰੀ ਜਿਹੜੀ ਉਹ ਜਾਂਚ ਜਿਹੜੀ ਕਰਕੇ ਅਤੇ ਜੋ ਵੀ ਸੱਚਾਈ ਹੋਵੇਗੀ ਸਾਹਮਣੇ ਲੈ ਲਈਏ ਵੀ ਜਿਹੜਾ ਕੋਈ ਆਪਸ਼ਨ ਹੋਵੇਗਾ ਅਤੇ ਖਰਾਬ ਕਰ ਲਈਏ।